ਹੈਲੋ, ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਇੱਦਾਂ ਆ ਰਹੀ, ਥੋੜ੍ਹਾ ਖੁੱਲ੍ਹ ਕੇ ਆਓ ਜ਼ਰਾ। ਵਾਹ ਜੀ ਵਾਹ, ਹੁਣ ਤਾਂ ਤੁਹਾਡੀ ਆਵਾਜ਼ ਇੰਨੀ ਅੱਛੀ, ਮੇਰਾ ਦਿਲ ਕਰਦਾ ਦੋ ਤਿੰਨ ਸੀੜੀਆਂ ਕਢਾਉਂਦੇ ਆ ਤੁਹਾਡੀਆਂ। ਇੱਕ ਮਿੰਟ, ਆਵਾਜ਼ ਤਾਂ ਗੁਮਨਾਮ ਜੀ ਵਾਲੀ ਲੱਗ ਰਹੀ ਹੈ ਨਾ ਜੀ, ਹਨਾ? ਉਹ ਵਾਹ ਜੀ ਵਾਹ, ਫਿਰ ਪਛਾਣ ਲਿਆ ਆਪਾਂ। ਹੈ ਬੇਟਾ, ਗੁਮਨਾਮ ਹੈ ਉਹ, ਜਿਹੜੀ ਜਾਲੀ ਹੈ ਨਾ ਉਹ ਗੁਮਨਾਮ ਹੋ ਗਈ ਹੋਈ ਹੈ। ਉਹ ਲੱਭ ਨਵੀਂ ਪਵਾ, ਫਿਰ ਤੇਰੀ ਗਲੇ ਦੀ ਆਵਾਜ਼ ਸੈੱਟ ਹੋਣੀ ਹੈ। ਇਧਰੋਂ ਬੋਲੀ ਸੁਣਨ ਦੇ ਮੈਨੂੰ, ਤੂੰ ਤਾਂ ਸੜੀਆਂ ਬੋਲੀਆਂ ਸੁਣਾਉਣੀ, ਇੱਕ ਚੰਗੀ ਵੀ ਸੁਣ ਲੈਂਦੇ। ਹਾਂਜੀ ਹਾਂਜੀ। ਸਾਨੂੰ ਕੁੱਤੇ ਵੱਢ ਦੇ, ਤੁਸੀਂ ਦੰਦ ਕੱਢ ਦੇ, ਤੁਸੀਂ ਜਸ ਟੀਵੀ ਉੱਤੇ ਬੜੇ ਸੋਹਣੇ ਲੱਗਦੇ। ਵਾਹ ਜੀ ਵਾਹ, ਤੁਸੀਂ ਜਸ ਟੀਵੀ ਉੱਤੇ ਬੜੇ ਸੋਹਣੇ ਲੱਗਦੇ। ਗੱਲ ਤੇਰਿਆਂ ਦੇ ਉੱਤੇ ਤਿੰਨ ਚਾਰ ਪੈ ਜਾਣੀ ਹੈ, ਇਹ ਯਾਦ ਰੱਖ। ਠੀਕ, ਬਾਅਦ ਚ ਸੁਣਾ ਦੇ ਕੋਈ ਗੱਲ। ਆ ਸੁਣੋ ਜੀ, ਸੁਣੋ ਗਾਣਾ, ਸੁਣੋ ਜੀ ਸੁਣੋ, ਚੰਗੀ ਬਾਅਦ ਚ ਸੁਣਾ। ਚੰਗੀ ਹਾਂ, ਗੱਲ ਤੇਰਿਆਂ ਮੁਕਾਇਆ ਸੱਚੀ ਮੁੱਕ ਜਾਣੀ ਹੈ, ਆਲ ਵੇਖ ਲੈ ਨਬਜ਼ ਮੇਰੀ ਰੁਕ ਜਾਣੀ ਹੈ। ਤੇਰਿਆਂ ਮੁਕਾਇਆ ਸੱਚੀ ਮੁੱਕ ਜਾਣੀ ਏ, ਆਲ ਵੇਖ ਲੈ ਨਬਜ਼ ਮੇਰੀ ਰੁਕ ਜਾਣੀ ਏ। ਸਾਨੂੰ ਤੇਰੇ ਨਾਲ ਪਿਆਰ ਹੁਣ ਕਹਿ ਨੀ ਦੱਸ ਦੇ ਸਾਡੀ ਜਾਨ। ਯਾਦ ਤਾਂ ਤੂੰ ਕੱਲਾ ਗਾ ਲੈਂਦਾ, ਜਦ ਫਿਰ ਤੇਰੀ ਕੱਲੇ ਦੀ ਬੇਇੱਜ਼ਤੀ ਹੁੰਦੀ। ਇਹ ਚ ਤੂੰ ਮੈਨੂੰ ਵੀ ਰਲਾਇਆ, ਮੈਨੂੰ ਵੀ ਪਾਪ ਦਾ ਭਾਗੀਦਾਰ ਬਣਾਇਆ। ਮੈਂ ਕਿਦੋਂ ਹੋਰ ਚੱਕ ਲਿਆ ਹੁਣ? ਆਈ ਥੋੜੀ ਗਲਤੀ ਆਪਣੀ ਚ ਕਰਨੀ, ਕੋਈ ਹੋਰ ਸੁਣਾ ਦੇ। ਅੱਛਾ ਜੀ, ਤੁਸੀਂ ਸੁਣਾਓ, ਬੀਟ ਸੁਣਾਵਾਂ ਕਿ ਉਦਾਂ ਕਿਹੜਾ ਜੀ? ਮੀਟ ਸੁਣਾਓ, ਮੀਟ ਤਰੀ ਤਰੀ ਸੁਣ ਲੈ, ਪੀਸ ਨਹੀਂ ਹੋਣੇ ਉਹਦੇ ਕੋਲ। ਮੀਟ ਸੁਣਾਓ, ਜਿੱਦਾਂ ਤੂੰ ਬੱਕਰ ਮੰਡੀ ਚ ਆਈ ਹੈ, ਮੀਟ ਸੁਣਾਓ ਤੈਨੂੰ। ਹਾਂ, ਮੁੱਸੀ ਕਲੇਜੀ ਵਰਗਾ ਮੂੰਹ ਹੈ ਤੇਰਾ। ਹਾਂ ਚੱਲ ਚਲ ਸੁਣਾਓ। ਸੂਟ ਤੇਰਾ ਕਾਲਾ ਕਾਲਾ, ਨਹੀਂ ਸੂਟ ਨਹੀਂ ਹੋਣਾ। ਚਲ ਯਾਰ, ਤੁਸੀਂ ਆਪਣੇ ਰੰਗ ਦੇ ਹਿਸਾਬ ਨਾਲ ਜ਼ਰੂਰੀ ਗਾਣੇ ਗਾਣੇ ਆ। ਜਾਨ ਕੱਢਦਾ ਮਸਕਾਰਾ, ਜਿੰਮੀ ਚੁਪਾ ਕੇ ਤੁਰਦੀ, ਪਟਿਆ ਤੂੰ ਦਿੱਲੀ ਸਾਰਾ, ਹਾਏ ਨੀ ਤੇਰਾ ਜਿੰਮੀ ਚੂ ਚੂ। ਉਹ ਭਰਾਵਾ ਚੁੱਪ ਕਰ ਓਏ, ਉਹ ਕੋਲ ਚੁੱਪ ਰਹਿ, ਇੰਨਾ ਚਿੱਟਾ ਕਪੜਾ ਪਾ ਕੇ ਆ ਗਏ, ਹਾਈਲਾਈਟ ਵੀ ਜ਼ਿਆਦਾ ਹੋਣ ਡਿਆ, ਬੜੀ ਸੋਹਣੀ ਲੱਗਦੀ। ਖਲੋ ਜਾ ਤੂੰ, ਓਏ ਓਏ, ਉਹ ਕੋ ਚੁੱਪ ਰਹਿ ਓਏ। ਅੱਛਾ ਓਏ, ਉਧਰ ਦੇਖ, ਉਧਰ ਦੇ ਲਓ ਜੀ ਤਿਆਰੀਆਂ। ₹5 ਆਈ, ₹5 ਦੇ ਮਜ਼ਾਕਪੁਰ ਕੀ ਧਰਤੀ, ਮਜ਼ਾਕਪੁਰ ਕੀ ਧਰਤੀ ਕਰੇ ਮਜ਼ਾਕ, ਕਰਦੀ ਫਿਰੇ ਕਲੋਲਾ। ਮਜ਼ਾਕਪੁਰ ਕੀ ਧਰਤੀ, ਮਜ਼ਾਕਪੁਰ ਕੀ ਧਰਤੀ, ਹੋ ਹਾਈ ਸਿੰਘ ਫਿਕਰ ਨਹੀਂ ਹੋ, ਆ ਫਸਾ ਕੇ ਰੱਖ ਲਈ ਥੋੜੀ ਦੇਰ, ਇਹ ਮੈਨੂੰ ਦੱਸੀ ਕਿੰਨਾ ਬੁਖਾਰ ਆ ਫਿਰ ਤੈਨੂੰ ਬਾਅਦ ਚ। ਚੱਲ ਬਾਰੀ ਬਰਸੀ ਕੱਟਣ ਗਈ ਸੀ, ਬਾਰੀ ਬਰਸੀ ਕੱਟਣ ਗਈ ਸੀ, ਕੱਟ ਕੇ ਲੈਂਦੀ ਸੀ ਤੇ ਜਾਣ ਦੀ ਡਿੱਗ ਪੈਣਾ ਹੌਲੀ ਜਾ। ਬਾਰੀ ਬਰਸੀ ਕੱਟਣ ਗਈ ਸੀ, ਬਾਰੀ ਬਰਸੀ ਕੱਟਣ ਗਈ ਸੀ, ਕੱਟ ਕੇ ਲਿਆਂਦੀ ਸਾਲੀ। ਹੂੰ, ਉਹਨੂੰ ਪਤਾ ਕੀ ਕਹਿੰਦੇ ਸਰ? ਉਹਦਾ ਜੀਜਾ ਕਹਿੰਦਾ, ਚੱਲ ਸਾਲੀ
ਉਹਨੂੰ ਕਹਿ ਦੇ ਸਰਦਾ ਬਾਰੀ ਬਰਸੀ ਕੱਟਣ ਗਈ ਸੀ, ਬਾਰੀ ਬਰਸੀ ਕੱਟਣ ਗਈ ਸੀ, ਕੱਟ ਕੇ ਲਿਆਂਦੀ ਸਾਲੀ। ਜੇ ਤੋੜ ਜਵਾਬ ਦਿਆਂ, ਜੇ ਤੋੜ ਜਵਾਬ ਦਿਆਂ, ਲੋਕੀ ਕਹਿਣੇ ਨਾ ਕਰਿਆਂ ਵਾਲੀ। ਲੁੱਟਣ ਗਈ, ਫੜੀ ਵੀ ਗਈ ਸੀ ਮੇਲਾ ਲੁੱਟਣ। ਅੱਛਾ, ਉਹ ਕਹਿੰਦੇ ਤੂੰ ਲੁੱਟ ਕੇ ਕਿੱਧਰ ਚੱਲੀ? ਮੈਂ ਮੈਡਮ ਨੂੰ ਜਿਹੜਾ ਇਹਨਾਂ ਨੇ ਕਿਹਾ ਨਾ, ਮੈਂ ਮੈਡਮ ਨੂੰ ਜੈਟ ਦੇਣਾ। ਬੰਦੇ ਮੈਨੂੰ ਵੇਖ ਕੇ ਸਲੂਟ ਮਾਰਦੇ ਆ, ਦੁਬਾਰਾ ਇੱਥੇ ਆ। ਉਹ ਸਲੂਟ ਨੀ ਮਾਰਦੇ, ਕਹਿੰਦੇ ਚਲੇ ਹੜ, ਉਹ ਤਾਂ ਲਦਾਣਾ ਸਲੂਟ ਮਾਰਨ ਡੇ ਰਹੇ। ਸਰ ਇਹ ਮੇਰੇ ਤੋਂ ਬਹੁਤ ਪਸੰਦ ਆ। ਅਸਲੀ ਤੱਕ ਨੀ ਪਹੁੰਚ ਸਕਦਾ ਬੰਦਾ। ਬੇਟਾ ਕਿੱਲ ਕੱਢਣ ਵਾਲੀ ਥੋੜੀ ਵਰਗਾ ਮੂੰਹ ਹੈ ਤੇਰਾ, ਉਹ ਵੀ ਪਰਨੇ ਪਾ ਸਕਦੀ ਹੈ। ਦੂਸਰੇ ਪਾਸੇ ਠੁੱਕ ਵੀ ਜਾਂਦੀ ਹੁੰਦੀ ਸਰ, ਉਹਦੇ ਵਰਗਾ ਇਹਦਾ। ਓਏ ਕੈਲਸ਼ੀਅਮ, ਕੈਲਸ਼ੀਅਮ ਦੀ ਕਮੀ ਤੇਰੇ ਚ ਸ਼ੁਰੂ ਤੋਂ ਰਹੀ ਹੈ, ਤਾਂ ਤੂੰ ਸੈਲਸ਼ੀਅਮ ਦੱਸਣ ਲੱਗੀ ਮੈਨੂੰ। ਕਿੰਨੇ ਸਾਰੇ ਨੇ ਗੱਲ ਕਰਨ ਮੇਰੇ ਫੋਨ ਤੇ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਕੌਣ ਸਾਹਿਬ? ਮੈਂ ਸੰਧੂ ਬੋਲ ਰਿਹਾ ਜੀ, ਗੁਰਸ਼ਰਨ ਸੰਧੂ। ਸੰਧੂ ਸਾਹਿਬ, ਬਸ ਮੇਰਾ ਕਹਿਣ ਦਾ ਇੰਨਾ ਹੀ ਹੈ ਕਿ ਇਨਸਾਨ ਜਿੱਡਾ ਮਰਜ਼ੀ ਵੱਡਾ ਬਣ ਜਾਵੇ, ਉਹ ਚ ਮੈਂ ਨਹੀਂ ਆਣੀ ਚਾਹੀਦੀ। ਸਿਰਫ ਆਈਕਿਊ ਚੈੱਕ ਕਰ ਰਿਹਾ ਸੀਗਾ। ਨਹੀਂ ਨਹੀਂ, ਆਈਕਿਊ ਮੇਰੀ ਤੁਹਾਡੇ ਕੋਲ ਘੱਟ ਹੀ ਹੈ ਭਾਜੀ। ਉਹ ਨਹੀਂ ਨਹੀਂ ਭਾਜੀ, ਇੱਦਾਂ ਕਿ ਮੈਨੂੰ ਪਤਾ ਜਿੰਨੀ ਛੇਤੀ ਤੁਸੀਂ ਗੱਲ ਫੜੀ ਹੈ, ਇੰਨਾ ਆਈਕਿਊ ਤੇਜ਼ ਹੋਵੇ ਫੇਰ ਹੀ ਬੰਦਾ ਗੱਲ ਫੜ ਸਕਦਾ। ਬਾ ਇੱਕ ਗੱਲ ਹੋਰ ਫੜੋ, ਇੱਕ ਗੱਲ ਹੋਰ ਫੜੋ, ਟੀਵੀ ਦਾ ਵੋਲਿਊਮ ਬਿਲਕੁਲ ਘੱਟ ਕਰ ਦਿਓ। ਟੀਵੀ 'ਚ ਅਜੇ ਨਹੀਂ ਸੁਣਨਾ, ਕੱਲ੍ਹ ਰਿਪੀਟ 'ਚ ਜ਼ਰੂਰ ਦੇਖਣਾ। ਹੁਣ ਨਹੀਂ ਸੁਣਨਾ, ਹੁਣ ਮੇਰੇ ਨਾਲ ਗੱਲ ਕਰ। ਟੀਵੀ ਵੀਰ ਜੀ ਮਿਊਟ ਤੇ ਲੱਗਾ। ਅੱਛਾ ਅੱਛਾ ਅੱਛਾ, ਤੇ ਤੁਸੀਂ ਕਿੱਥੇ? ਵਾਹ, ਉਹ ਪਰਲੇ ਘਰ ਆਉਂਦੀ ਜੀ। ਤੇ ਤੂੰ ਕਿਹਦੇ ਨਾਲ ਲੱਗਾ ਹੋਏ? ਟੀਵੀ ਮਿਊਟ ਤੇ ਲੱਗਾ ਨਾ, ਤੂੰ ਖਲੋਤਾ ਰਹਿ ਇੱਥੇ ਚੁੱਪ ਕਰਕੇ। ਹਾਂਜੀ ਹਾਂਜੀ ਭਾਈ, ਦੱਸੋ। ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ, ਇੰਨਾ ਮਜ਼ਾ ਆਉਂਦਾ, ਸਾਰੇ ਹੱਸਦੇ ਸਾਰੇ। ਸ਼ੁਕਰੀਆ। ਹੁਣ ਮੇਰੀ ਕੁੜੀ ਨਾ ਰੋਣਾ ਸਟਾਰਟ ਕਰ ਗਈ 2 ਮਿੰਟ ਪਹਿਲੇ, ਜਦ ਤੁਸੀਂ ਗਾ ਰਹੇ ਸੀ ਨਾ। ਇਹ ਹਾਸਾ ਕਿਹਦਾ ਸੀ ਜੀ, ਬਸ ਪਹਿਲੇ ਇਹ ਦੱਸੋ। ਮਤਲਬ ਬਟਨ ਨਹੀਂ ਦੱਬਿਆ ਜੀ? ਇਹ ਮੇਰੀ ਛੋਟੀ ਕੁੜੀ ਨੇ। ਇਹ ਉਹਨਾਂ ਦਾ ਹਾਸਾ ਸੀ ਗੁੜੀਆ ਦਾ? ਹਾਂਜੀ ਹਾਂਜੀ। ਵਾਹ ਜੀ ਵਾਹ। ਅੱਛਾ ਤੇ ਕੀ ਕਹਿ ਰਹੇ ਸੀ? ਵੱਡੀ ਹੋ ਗਈ। ਅੱਛਾ ਕੀ ਕਹਿ ਰਹੇ ਸੀ? ਬਚਪਨ 'ਚ ਵੱਡੀ ਹੋ ਗਈ। ਅੱਛਾ ਵੱਡੀ ਹੋ ਗਈ ਬਚਪਨ 'ਚ? ਇੱਕ ਬੰਦਾ ਕਬਰਸਤਾਨ ਤੇ ਜਾ ਕੇ ਨਾ, ਤੇ ਉੱਥੇ ਆਪਣੇ ਨਾ ਸਿਗਰਟ ਜਿਹਾ ਬਣਾ ਰਿਹਾ ਸੀ। ਸਿਗਰਟ ਨੀ ਹੁੰਦੇ ਜਿਹੜੇ ਬਣਾਉਂਦੇ? ਅੱਛਾ, ਮੈਨੂੰ ਇੱਕ ਚੀਜ਼ ਨੀ ਸਮਝ ਆਈ ਕਿ ਜਿਹੜੀ ਤੁਹਾਡੀ ਆਵਾਜ਼ ਹੈ ਇਹ ਕੱਟ ਕਿਉਂ ਰਹੀ ਹੈ? ਹੈਲੋ 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 ਜੋਕ ਹੈਲੋ। ਅੱਛਾ, ਲੋਕਾਂ ਨੂੰ ਨਾ ਪਤਾ ਲੱਗ ਜਾਂਦਾ ਕਿ ਟਾਈਮ ਹੋ ਗਿਆ, ਤੇ ਪਹਿਲੇ ਪਹਿਲੇ ਗੱਲ ਕਰ ਲਈਏ। ਹਾਂਜੀ। ਅੱਛਾ ਕਾਲੀਆ ਸਾਹਿਬ, ਹੁਣ ਤੁਸੀਂ ਮੈਨੂੰ ਦੱਸੋ। ਹਾਂਜੀ। ਕਿ ਤੁਸੀਂ ਇੱਦਾਂ ਹੀ ਜਾਣਾ ਕਿ ਮੈਂ ਫਿਰ ਖੋਤਾ ਰੇੜਾ ਕਰਾ ਦਵਾਂ? ਨਹੀਂ ਆਪਾਂ ਵੀ ਸੌਰੀ, ਉਹਨੇ ਦਿਮਾਗ 'ਚ ਤੱਕ ਕਰ ਲਿਆ। ਅੱਛਾ ਅੱਛਾ, ਕੋਈ ਮੈਂ ਗੰਦ ਨਾ ਖੋਤ ਰੇੜਾ। ਅੱਛਾ ਕੀ ਕਹਿ ਰਹੇ ਸੀ? ਮੈਂ ਕਿਹਾ ਆਪਾਂ ਬਿਜ਼ਨਸ ਪਲਾਨ ਕਰਦੇ ਹਾਂ ਕੋਈ। ਹਾਂ, ਤੁਸੀਂ ਪਹਿਲੇ ਇਹ ਪਲਾਨ ਕਰੋ ਕਿ ਜੇ ਤੁਹਾਡੇ ਮੂੰਹ ਤੇ ਥੋੜਾ ਨੂਰ ਆਵੇ ਤੇ ਕਿੱਦਾਂ ਆਵੇ।
ਉਸ ਤੋਂ ਬਾਅਦ ਬਿਜ਼ਨਸ ਆਪਣੇ ਆਪ ਸੈੱਟ ਹੋ ਜਾਣਾ ਜ਼ਿੰਦਗੀ ਚ। ਤੁਸੀਂ ਨੂਰਾ ਸਿਸਟਰ ਆਪਾਂ ਅਖਾੜੇ ਤੇ ਬੁਲਾ ਲਾਂਗੇ। ਹੋਰ ਜਿਹੜੇ ਕੀ ਹਾਲ ਹੈ? ਯਾਰ ਹਰ ਗੱਲ ਨੂੰ ਨਾਲ ਹੀ ਜੋੜ ਦਿੰਦੀ, ਵਿਆਹ ਕਰਾ ਦੋ ਤੇਰਾ, ਇਹ ਗੱਲ ਜੁੜਦੀ ਇਹਦੇ ਨਾਲ। ਤੁਸੀਂ ਨਾਲ ਨੂੰ ਲਿਆ ਕਰੋ, ਮੇਰਾ ਵਿਆਹ ਕਰਾ ਦੋ ਮੇਰੇ ਨਾਲ, ਕਰਾ ਲਓ ਤੁਸੀਂ ਇਹਦੇ ਨਾਲ ਹੀ ਕਰਾ ਲਾ ਫਿਰ, ਫਿਰ ਇਕੱਠੇ ਲੂਣ ਲੈਣ ਚੱਲ ਜੇ ਨਾਲ, ਫਿਰ ਕੋਈ ਤਲਾਕ ਨਾ। ਬਜ਼ੁਰਗ ਕਹਿੰਦਾ ਮੇਰੇ ਨਾਲ ਕਰਾ ਦੋ ਜੀ, ਆ ਦੱਸੋ ਮੇਰਾ ਆਪਣਾ ਜੱਟਾ ਬਜ਼ੁਰਗ ਨਹੀਂ ਮੈਂ, ਲੱਗਾ ਰ ਕਹਿਣ ਲੱਗਾ ਮੇਰਾ ਆਪਣਾ ਮੁੰਡਾ ਤੇਰੇ ਜੱਟਾ, ਮੈਂ ਬਜ਼ੁਰਗ ਨਹੀਂ ਆ ਮੈਂ। ਆ ਮਤਲਬ ਕੀ ਕਲੀ ਲਾਈ ਆ? ਇਹ ਤਾਂ ਬਸ ਫੈਸ਼ਨ ਆ, ਫੈਸ਼ਨ ਆ, ਇਹ ਫੈਸ਼ਨ ਦੇ ਨਾਲ ਹੀ ਕਰਦੇ ਬਸ। ਆ ਤੂੰ ਕਰ ਲੈ ਇਹਦੇ ਨਾਲ ਵਿਆਹ, ਸਰ ਇਹਦੇ ਨਾਲ ਕੋਈ ਤਲਾਕ ਨਾ ਕਰਾਵੇ, ਤੁਸੀਂ ਵਿਆਹ ਦੀ ਗੱਲ ਕਰਦੇ। ਤੂੰ ਪਹਿਲੇ ਵਿਆਹ ਤੇ ਕਰਾ, ਕੀ ਪਤਾ ਤਲਾਕ ਦੀ ਨੋਬਤ ਆਵੇ ਹੀ ਨਾ, ਹੋ ਸਕਦਾ ਤੈਨੂੰ ਖੁਸ਼ ਰੱਖੇ। ਹਾਂ ਹਾਂਜੀ ਸਰ, ਔਰ ਹਨੇਰੇ 'ਚ ਜ਼ਿਆਦਾ ਰੱਖਣਾ ਇਹਨੇ ਤੈਨੂੰ ਨਾ, ਤੇਰਾ ਬਾਰੀ 'ਚ ਮੂੰਹ ਦੇ ਕੇ ਬਾਹਰਲੇ ਪਾਸੇ ਰਾਖੀ ਕਰਾਈ ਦਾ ਨਾਮ ਡਾ। ਤੂੰ ਨਹੀਂ ਆਉਂਦਾ ਵਜਾਣਾ ਇਹਦਾ ਵਜਾਣਾ ਇਹਦਾ ਜੀ, ਇਹ ਕੀ ਵਜਾਇਆ ਛੁੜਕਣਾ ਕੀ ਕੀ? ਤੇਰੇ ਵਰਗੇ ਨਾ ਲੇਡੀ ਸੰਗੀਤ ਦੇ ਅੱਗੇ ਬਹਿ ਕੇ ਜਨਾ ਉੱਥੇ ਢੋਲਕੀ ਤੇ ਚਮਚਾ ਵਜਾਉਣ ਦੇ ਹੁੰਦੇ, ਅੱਡਾ ਤੂੰ ਲੈ ਆ ਆਪਣੇ ਲੋ ਇਨਸਟਰੂਮੈਂਟ ਨਹੀਂ ਲੈ। ਤੂੰ ਜੇ ਫਿਰ ਬਿਜ਼ਨਸ ਪਲਾਨ ਕਰਨਾ ਮੇਰੇ ਨਾਲ, ਮੇਰੇ ਨਾਲ ਕਰ ਲੈ ਯਾਰ, ਆ ਚੱਲੀਏ ਉਧਰ, ਪੰਜ ਨੰਬਰ ਵਾਲਾ ਗਟਰ ਖੁੱਲਾ ਆ ਉਹ ਸਾਫ਼ ਕਰ ਮੇਰਾ ਭਰਾ। ਕੀ ਆਪਾਂ ਕਰ ਰਹੇ ਆ ਬਿਜ਼ਨਸ ਦੀਆਂ ਗੱਲਾਂ ਕਰਨ ਦੇ ਆ? ਮੈਂ ਕਰਦਾ ਕਦੇ ਪੈਸੇ ਤੇਰੇ ਕੋ, ਮੈਂ ਦੋ ਚੰਡਾ ਮਾਰੀਆਂ ਤੇਰਾ ਸਾਰਾ ਸੱਚ ਮੈਂ ਕੱਢ ਦੇਣਾ, ਐਡਾ ਤੂੰ ਅਮੀਰ ਆ। ਅੱਧੇ ਪੱਤਰਕਾਰ ਆਉਣਗੇ ਹੁਣ ਸਾਰੇ, ਐਦਾਂ ਕਰੋ ਇਹਨੂੰ ਪੱਤਰਕਾਰ ਬੁਲਾ ਲੈਂਦੋ ਤੁਸੀਂ ਅੱਜ, ਫਿਰ ਸਾਨੂੰ ਇਜਾਜ਼ਤ ਦਿਓ, ਕਿਉਂਕਿ ਜਿਹੜੇ ਬੰਦੇ ਕੋਲ ਲੂਣ ਲੈਣ ਵਾਸਤੇ ਪੈਸੇ ਹੈ ਨੀ, ਜਿਹੜੇ ਬੰਦੇ ਕੋਲ ਟਾਈ ਕਰਾਉਣ ਵਾਸਤੇ ਪੈਸੇ ਹੈ ਨੀ, ਉਹ ਅਮੀਰ ਕਰ ਰਿਹਾ ਤੇ ਇੱਥੇ ਆ ਕੇ ਪੁਲਿਸ ਨੂੰ ਬੇਵਕੂ ਬਣਾ ਰਿਹਾ। ਤੁਸੀਂ ਇੱਦਾਂ ਕਰੋ ਜਿਹੜਾ ਤੁਸੀਂ ਕੱਲ ਆਓ ਤੇ ਇਹਨੂੰ ਮੈਂ ਅੱਜ ਦਾ ਦਿਨ ਇੱਥੇ ਰੱਖਣਾ, ਦੇਖਣਾ ਕੀ ਕਹਿੰਦਾ ਹੈ। ਤੇ ਲਓ ਜੀ ਫਿਰ ਮਿਲਦੇ ਆ ਕੱਲ ਤੁਹਾਨੂੰ ਇਸੇ ਚੈਨਲ ਇਸੇ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਮ ਹੈ ਜੀ ਜਨਾਬ।